ਅਸਾਂ ਜਿਹੜਾ ਅਸਲ ਤੇ ਦਰ ਸ਼ਿਫਾ ਦਾ ਹੈ ਦਰ ਜ਼ਮਾਨੇ ਤੇ ਓ ਇਮਾਮ ਰਜ਼ਾ ਦਾ ਹੈ जिंदगी होवे गल गलत करा इमामे जमाना दा मुजरिम होवा जिन्हें जियारत जवारी करनी है जिन्हें मौला दी जियारत करनी है कसीदे च बुलाए गल गलत ना करे सा ओ जरा बंदी के दरते वन्यता सही दरते वन्यता सही ऐसी दवा दे दे ला इलाज जानते ए मर्ज मुका हाथ बुलंद कर गैली आले नारा होए डरी दरते वंजता सही दरते वंजता सही ऐसी दवा दे दे ला इलाज दे ए मर्ज मुका दे दे ला इलाज दे ए मर्ज मुका दे दे रत्तो गाल दी धरती च खड़ो के इमाम हुसैन दा नौकर वसीम अब्बास गल पिया करें दे मेरे पास रिका है नाम अली है कुनियत अबुल हसन है लकब रजा है नाम अली है कुनियत अबुल चाचा जी कुनियत अबुल हसन है आज मैं कुरतो गाला इन सारी पटड़ी को दस वजा रजा कह कुआ दिन रजा का मतलब किया है रजा होंदा कौन है रजा लकब मिलिया क्यों है अल्लाह के नाते मेरे पास रिखा है एक मिनट मेरे पास रिखा है यो कुछ भी आदा ओ जे जागते ले बेखुदा नाए बेखुदा है बछड़ा का जिम्मेदार बछड़ा का जिम्मेदार कायनात दा काजी है वाली है मशहद ते सारी दुनिया राजी है हर बंदा हाथ बुलंद करके नारा है नरी नहीं तुझे मेरी गल गौर नाल सुनी रजा उसको कहते हैं जिसपे अपने भी राजी हो जिसपे दुश्मन भी राजी हो और रजा जनाबे इमाम रजा बादशाह जिसे सवारी करनी है तैयारी करो सवारी दी मैं थोड़े वास्ते दुआ पिया मंगना तुसा सवारी दी तैयारी करो सवारी दी तैयारी करो तो सवारी दे वैसो जेड़े जेड़े नीवे गए ओ वैसो जेड़े गए ओ डबल वैसो मेरे पास तरीका है इमाम रजा अलैहि सलाम दी वली अहदी मामून रशीद दा दौरे हकूमत बारिश ना हुई कहत पै गया सर मेरे पास लिखे बारिश ना हुई कहत पै गया खुशकसाली पै गई भुख तस शुरू हो गई लोग कट्ठे होके आए मामून को मामून बारिश नहीं पई आँदी मामून अंदर ही अंदर आख्या मैं क्या करा
ਉਹਨਾਂ ਕਿ ਬਾਰਿਸ਼ ਨਹੀਂ ਪਈ ਆਉਂਦੀ, ਕਾਹਤ ਪੈ ਗਈ ਹੈ, ਭੁੱਖ ਪੈ ਗਈ, ਤਸ ਪੈ ਗਈ। ਜਿਹੜੇ ਬੰਦੇ ਆਏ ਹਨ ਨਾ ਮਾਮੂਨ ਕੋਲ, ਉਹੇ ਬੰਦੇ ਲੈ ਕੇ ਮਾਮੂਨ ਆ ਗਿਆ ਇਮਾਮ ਰਜ਼ਾ ਕੋਲ। ਉਹ ਤੁਹਾਡੀ ਤਵੱਜੋ ਹੋਵੇ ਤਾਂ ਮੈਂ ਸੁਣਵਾਵਾਂ ਕਈ ਸ਼ਾਇਦ। ਉਹੇ ਬੰਦੇ ਲੈ ਕੇ ਮਾਮੂਨ ਆ ਗਿਆ ਇਮਾਮ ਰਜ਼ਾ ਬਾਦਸ਼ਾਹ ਕੋਲੋਂ। ਮਾਮੂਨ ਆਦੇ ਮੌਲਾ ਕੋਈ ਤਦਬੀਰ ਸੋਚੋ, ਬਾਰਿਸ਼ ਨਹੀਂ ਪਈ ਆਉਂਦੀ। ਮੌਲਾ ਕਿ ਘਬਰਾਓ ਨਹੀਂ, ਇਮਾਮ ਮੁਸੱਲਾ ਚ ਆਇਆ, ਸਹਰਾ ਚ ਆ ਕੇ ਵਿਛਾਇਆ, ਦੁਆ ਦੇ ਹੱਥ ਬੁਲੰਦ ਕੀਤੇ, ਮੇਰਾ ਅੱਲਾ ਮੈਂ ਅਲੀ ਦਾ ਪੁੱਤਰ ਹਾਂ, ਮੇਰਾ ਅੱਲਾ ਮੈਂ ਅਲੀ ਦਾ ਪੁੱਤਰ ਹਾਂ, ਮੰਗਦਾ ਇਹੋ ਕੁਝ ਆ, ਬਾਰਿਸ਼ ਦੇ ਮੇਰਾ ਅੱਲਾ, ਬਾਰਿਸ਼ ਦੇ। ਅਜਣ ਇਮਾਮ ਦੇ ਹੱਥ ਤੱਲੇ ਨਾਹੇ ਨੋਏ, ਠੰਡੀ ਹਵਾ ਦੇ ਝੋਂਕੇ ਸ਼ੁਰੂ ਹੋ ਗਏ, ਬਦਲ ਆ ਗਏ, ਬਾਰਿਸ਼ ਹੋ ਗਈ, ਰੱਤੋ ਕਾਲੇ ਵਾਲੇ ਹੋ, ਬਾਰਿਸ਼ ਹੋ ਗਈ, ਬਾਰਿਸ਼ ਹੋ ਗਈ, ਕਈ ਠਰ ਗਏ, ਕਈ ਸੜ ਗਏ, ਉਹ ਸੜਨ ਵਾਲੇ ਚ ਇੱਕ ਉੱਲੂ ਦਾ ਪੱਠਾ ਹੈ ਜਿਹਦਾ ਨਾਂ ਹੀ ਹਮੀਦ ਬਿਨ ਮਹਿਰਾਨ। ਇੰਤਹਾਈ ਕਮੀਨਾ ਆਦਮੀ ਹੈ। ਚਾਰ ਪੰਜ ਦਿਨ ਬਾਅਦ ਇਮਾਮ ਆਇਆ ਦਰਬਾਰ ਚ, ਉਹ ਉੱਲੂ ਦਾ ਪੱਠਾ ਖੜਾ ਹੋ ਗਿਆ। ਉਸ ਅੱਗੇ ਮੌਲਾ ਅੱਜ ਕੱਲ੍ਹ ਗੱਲ ਬੜੀ ਮਸ਼ਹੂਰ ਹੈ, ਤੁਸੀਂ ਦੁਆ ਮੰਗੀ ਹੈ ਤੇ ਬਾਰਿਸ਼ ਹੋ ਗਈ ਹੈ, ਮੈਂ ਨਹੀਂ ਮੰਨਦਾ, ਇਤਨੇ ਅਰਸੇ ਤੋਂ ਬਾਰਿਸ਼ ਨਾ ਹੀ ਹੋਈ, ਆਖਿਰ ਉਸ ਹੋਵਣਾ ਤਾਂ ਹਾਈ। ਹੋ ਗਈ ਮੌਲਾ ਬਾਰਿਸ਼ ਆਖਿਰ ਹੋਣਾ ਤਾਂ ਹੀ। ਮੌਲਾ ਫਰਮਾਇਆ, ਗੱਲ ਸੁਣ, ਮੈਂ ਅਲੀ ਦਾ ਪੁੱਤਰ ਹਾਂ, ਮੈਂ ਨਹੀਂ ਆਦਾ ਕਿ ਮੈਂ ਕੁਝ ਕੀਤਾ, ਮੈਂ ਅੱਲਾ ਤੋਂ ਦੁਆ ਮੰਗੀ, ਅੱਲਾ ਸਾਡੀ ਮੰਨੀ ਹੈ, ਉਸ ਇਨਾਇਤ 'ਚ ਕੀਤੀ, ਬਾਰਿਸ਼ ਹੋ ਗਈ। ਉਸ ਆਖਿਆ ਮੈਂ ਨਹੀਂ ਮੰਨਦਾ। ਮੌਲਾ ਫਰਮਾਇਆ, ਕਿਵੇਂ ਮੰਨੇ ਸੇ? ਆਦੇ ਮੌਲਾ, ਇੱਕ ਕਾਲੀਨ ਤੇ ਬਣੇ ਹੋਏ ਦੋ ਸ਼ੇਰ, ਇਹਨਾਂ ਕੋ ਦਿਓ ਹੁਕਮ, ਇਸ਼ਾਰਾ ਕਰੋ ਅੰਗਲ ਦਾ, ਇਹਨਾਂ 'ਚ ਆ ਵਣੀ ਹਰਕਤ, ਇਹ ਅਸਲ ਸ਼ੇਰ ਬਣ ਵਣ ਤੇ ਮੈਂ ਕੋ ਆ ਕੇ ਚੀਰ ਪਾੜਨ। ਮੈਂ ਕੁਆ ਕੇ ਚੀਰ ਪਾੜਨ, ਮੋਰੇ ਖਿਆਲ ਮੁਹੰਮਦ ਮੌਜੂਦ ਨੇ ਪੁੱਛ ਗਿਨਾ, ਇਹਨਾਂ ਤੋਂ ਬਾਅਦ ਸ਼ੌਕਤ ਭਾਈ ਆਉਂਦੇ ਪੈਣ, ਉਹਨਾਂ ਤੋਂ ਪੁੱਛ ਗਿਨਾ। ਮੇਰੇ ਮੌਲਾ ਗੱਲ ਸੁਣੀਏ, ਮੌਲਾ ਫਰਮੈਂਦਨ ਯਾਰ ਵੱਲ ਆ ਕੇ ਆਦੇ ਮੌਲਾ, ਮੈਂ ਇਹੋ ਕੁਝ ਆਦਾ, ਇਹ ਜਿਹੜੇ ਸ਼ੇਰ ਹੈ ਨਾ ਸ਼ੇਰ, ਇਹ ਹਰਕਤ 'ਚ ਆ ਵਜਨ, ਤੁਸੀਂ ਇਸ਼ਾਰਾ ਕਰੋ, ਮੈਂ ਕੁਆ ਕੇ ਚੀਰ ਪਾੜਨ। ਮੌਲਾ ਫਰਮਾਇਆ, ਮੇਰਾ ਦਿਲ ਤੇ ਕੋਈ ਨਾ, ਅਗਰ ਤੇਰੀ ਤਬੀਅਤ ਬਣ ਗਈ ਹੈ ਮੈਂ ਹਾਜ਼ਰ ਹਾਂ। ਅੱਲਾ ਦੀ ਕਸਮ, ਇਮਾਮ ਅੰਗਲ ਦਾ ਇਸ਼ਾਰਾ ਕੀਤਾ ਹੈ, ਲੂਏ ਬੱਬਰ ਸ਼ੇਰੇ 'ਚ ਹਰਕਤ ਆ ਗਈ, ਲੂਏ ਹਕੀਕਤ 'ਚ ਸ਼ੇਰ ਬਣ ਗਏ, ਲੂਏ ਕਮੀਨੇ ਦੇ ਪਾਸੇ ਦੌੜਨ, ਆਪਣੇ ਹਮਲੇ ਤੋਂ ਪਹਿਲੇ ਲਲਕਾਰ ਕੇ ਇਸ ਕਮੀਨੇ ਦੀਆਂ ਅੱਖੀਆਂ 'ਚ ਅੱਖੀ ਪਾ ਕੇ ਸ਼ੇਰਾ ਦਿਲ, ਉਹ ਕਿਉਂ ਕੁੱਤੇ ਭੌਂਕ ਵੀ ਖਾਈ ਦੁਸ਼ਮਨ ਹੈ ਦਰਦਾ, ਦੁਸ਼ਮਨ ਹੈ ਦਰਦਾ, ਤੇਰੀ ਸ਼ਾਮਤ ਆ ਗਈ, ਮਾਦਾ ਸ਼ਿਕਵਾ ਕਰ